ਨਹੀਂ ਨਹੀਂ ਪਾਪਾ ਚਲੋ ਹਾਂ ਪਹਿਲਾਂ ਤਾਂ ਮੈਂ ਐਂਟਰ ਹੁੰਦੇ ਸਾਰੀ ਮਤਲਬ ਉਹਨੇ ਡੋਰ ਖੋਲਿਆ ਕਹਿੰਦਾ ਆ ਜਾਓ ਉਹੀ ਕੰਮ ਹੋਇਆ ਜਿਹੜਾ ਹਿੰਮਤ ਨਹੀਂ ਹੁੰਦੇ ਮੈਂ ਹੈਗਾ ਨਾਲ ਪਿੱਛੇ ਮੁੜ ਕੇ ਦੇਖਿਆ ਭਾਈ ਗੈਪ ਮੈਨੂੰ ਤਾਂ ਐਂਟੀ ਵੀ ਹੋਣੀ ਆਪਾਂ ਇੱਥੋਂ ਨਿਕਲਦੇ ਵੀ ਕਿਸੇ ਨੇ ਆਵਾਜ਼ ਵੀ ਨਹੀਂ ਸੁਣਨੀ ਹੁੰਦੀ ਨਹੀਂ ਰਖੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਅਤੇ ਅੱਜ ਟਾਈਮ ਹੋ ਰਿਹਾ 6:30 ਪੂਰੇ 6:30 ਅਤੇ ਅਸੀਂ ਥੋੜ੍ਹੇ ਬਹੁਤੇ ਤਿਆਰ ਹੋ ਕੇ ਸਭ ਤੋਂ ਪਹਿਲਾਂ ਆਪਾਂ ਜਾਣਾ ਗੁਰਦੁਆਰਾ ਸਾਹਿਬ ਮਤਲਬ ਉਸ ਤੋਂ ਬਾਅਦ ਜਾਣਾ ਆਪਾਂ ਕਾਲੀ ਮਾਤਾ ਮੰਦਰ ਜਿਹੜਾ ਸਾਡੇ ਪਟਿਆਲੇ ਵਾਲਾ ਉਸ ਤੋਂ ਬਾਅਦ ਜਾਣਾ ਆਪਾਂ ਜੇ ਟਾਈਮ ਬਚਿਆ ਤਾਂ ਮੌਲ ਚਲ ਜਾਂਗੇ ਮੌਲ ਇੱਕ ਭੂਤ ਬੰਗਲਾ ਬਹੁਤ ਸੋਹਣਾ ਅਤੇ ਉਹ ਦਿਖਾ ਦੂੰਗਾ ਮੈਂ ਗਿਆ ਹੋਇਆ ਉੱਥੇ 4 ਸਾਲ ਪਹਿਲਾਂ 4 ਸਾਲ ਪਹਿਲਾਂ ਉਹ ਸੋਹਣਾ ਸੀ ਪਰ ਇੰਨਾ ਵੀ ਨਹੀਂ ਪਰ ਹੁਣ ਹਾਂ ਪਰ ਹੁਣ ਕਹਿੰਦੇ ਉਹ ਮੋਡੀਫਾਈ ਕਰਤਾ ਤਾਂ ਦੇਖੋ ਕੀ ਮੋਡੀਫਾਈ ਕੀਤਾ ਉਹਨਾਂ ਨੇ ਇਹ ਦੇਖਣ ਚੱਲਾਂਗੇ ਚਲੋ ਪਟਿਆਲੇ ਚ ਇੱਕ ਮੇਲਾ ਲੱਗ ਗਿਆ ਹਾਂ ਰਸਤੇ ਦਿਖਾਵਾਂਗੇ ਮੇਲਾ ਮੇਲਾ ਹੋਰ ਲੱਗ ਗਿਆ ਪਟਿਆਲੇ ਉਸੇ ਜਗ੍ਹਾ ਤੇ ਮੈਂ ਥੋੜਾ ਚੇਂਜਸ ਕਰੇਨੇ ਇਸ ਵਾਰ ਹਾਂ ਚਲੋ ਚਲੋ ਮੰਮੀ ਆ ਗਏ ਮੰਮੀ ਗੱਲ ਕੱਢਣਗੇ ਇਹ ਮੰਮੀ ਵਾਲੇ ਵੀ ਨਹੀਂ ਆ ਗਏ ਮੰਮੀ ਤੁਸੀਂ ਬੁਲਾ ਮੰਮੀ ਮੰਮੀ ਸਵੇਰੇ 4 ਵਜੇ ਦੇ ਸਵੇਰੇ ਨਹੀਂ ਦੁਪਹਿਰੇ 4 ਵਜੇ ਦੇ ਕਹਿ ਰਹੇ ਨੇ ਚਲੋ 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 ਪਰ ਅਸੀਂ 6 ਵਜੇ ਨਿਕਲੇ ਆ ਚਲੋ 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 ਇਹ ਬੁਰੇ ਵੀ ਨਹੀਂ ਆ ਹਮਾਰੇ ਮੰਮੀ ਅੱਛਾ ਮੈਂ ਕਦੋਂ ਕਹੇ ਬੁਰੇ ਆ ਬੁਰੇ ਹੈਗੇ ਨਹੀਂ 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 ਹੈਗੇ ਹੈਗੇ ਨਹੀਂ 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 ਹੈਗੇ ਬੁਰੇ ਚਲ ਬਾਹਰ ਚਲ ਬਾਹਰ ਮੱਛਰ ਬੜਾ ਪੈਂਦਾ ਜੀ ਅੱਛਾ ਹਰ ਜਗ੍ਹਾ ਮੱਛਰ ਚਲ ਲੈ ਕੇ ਬਾਬੇ ਦਾ ਨਾਮ ਆਪਾਂ ਚੱਲਦੇ ਹਾਂ ਪਾਰਕਿੰਗ ਦੀ ਰੈਨੋਵੇਸ਼ਨ ਹੋ ਰਹੀ ਹੈ ਗੱਡੀ ਬਾਹਰ ਲਾ ਕੇ ਆਏ ਹਾਂ ਸੜਕ 'ਤੇ ਆ ਗਿਆ ਜੀ ਆਪਣਾ ਓਮੈਕਸ ਮੌਲ ਅਤੇ ਆ ਗਈ ਕਾਲੀ ਮਾਤਾ ਮੰਦਰ ਆ ਕੀ ਆ ਓਏ ਆ ਕੀ ਬਣਾਤਾ ਅੱਛਾ ਉੱਪਰ ਚੜ੍ਹਨ ਨੂੰ ਬਣਾਇਆ ਮੱਥਾ ਆਪਾਂ ਟੇਕ ਲਿਆ ਆ ਅਤੇ ਬਹੁਤ ਸੋਹਣਾ ਮੱਥਾ ਡਿੱਗ ਗਿਆ ਪੂਰੀ ਸ਼ਾਂਤੀ ਸੀਗੀ ਕੋਈ ਭੀੜ ਨਹੀਂ ਸੀ ਕਿਉਂਕਿ ਨਰਾਤੇ ਲੰਘ ਕੇ ਗਏ ਨੇ ਅਤੇ ਨਰਾਤਿਆਂ 'ਚ ਅੰਤਾਂ ਦੀ ਭੀੜ ਸੀ ਹੁਣ ਥੋੜ੍ਹੀ ਘੱਟ ਸੀ ਤਾਂ ਅਸੀਂ ਹੁਣ ਆਏ ਹਾਂ ਜਦੋਂ ਆਏ ਉਦੋਂ ਠੀਕ ਹੈ ਨਾ ਦਰਸ਼ਨ ਹੋਣੇ ਜ਼ਰੂਰੀ ਨੇ ਦਰਸ਼ਨ ਹੋ ਗਏ ਆਰਾਮ ਨਾਲ ਦਰਸ਼ਨ ਹੋਏ ਨੇ ਪਰ ਨਰਾਤੇ ਦਰਸ਼ਨ ਨਹੀਂ ਕਰਨ ਦਿੰਦੇ ਨਹੀਂ ਛੇਤੀ ਉਹ ਫਿਰ ਭੀੜ ਬਹੁਤ ਜ਼ਿਆਦਾ ਇੰਨੀ ਦੂਰ ਤੱਕ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਹੋਰ ਸੰਗਰੂਰ ਸੁਨਾਮ ਜਿਸ ਦਿਨ ਅਸੀਂ ਮੇਨ ਚੈਨਲ ਦੀ ਵੀਡੀਓ ਸੱਚ ਮੇਨ ਚੈਨਲ ਦੀ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਉਹਦੇ ਵਾਸਤੇ ਥੈਂਕ ਯੂ ਤੇ ਜਿਸ ਦਿਨ ਅਸੀਂ ਮੇਨ ਚੈਨਲ ਦੀ ਵੀਡੀਓ ਸ਼ੂਟ ਕਰਨ ਗਏ ਸੀ ਮੈਡਾਂ ਸੰਗਰੂਰ ਮਾਸਟਰ ਜੀ ਤੇ ਤਾਇਆ ਜੀ ਆਏ ਸੀਗੇ ਮੱਥਾ ਟੇਕਣ ਉਹ ਤਾਂ ਬਸ ਕਹਿ ਰਹੇ ਸੀ ਬਸ ਮੱਥਾ ਟੇਕ ਆਇਆ ਕਿਸ ਤਰੀਕੇ ਟੇਕ ਆਇਆ ਬਸ ਟੇਕ ਆਇਆ ਬਹੁਤ ਜ਼ਿਆਦਾ ਕਹਿੰਦੇ ਬਹੁਤ ਬੁਰਾ ਹਾਲ ਸੀਗਾ ਕਹਿੰਦੇ ਬਹੁਤ ਉਰੇ ਸਾੜੀ ਆ ਤਾਂ ਸਾਰੀ ਸੜਕ ਸਾੜੀ ਆ ਤਾਂ ਸਾਰੀ ਬੰਦ ਕੀਤੀ ਹੁੰਦੀ ਆ ਸੜਕ ਗੱਡੀਆਂ ਦਾ ਐਂਟਰ ਨਹੀਂ ਹੋਣ ਦਿੰਦੇ ਉਰੇ ਤੁਰਕੀ ਪੈਦਲ ਆ ਗਈਆਂ ਦੁਨੀਆਂ ਦੂਰੋਂ ਚਲੋ ਹੁਣ ਆਪਾਂ ਇੱਧਰ ਮੱਥਾ ਟੇਕ ਲਿਆ ਤੇ ਇੱਧਰ ਚੱਲਿਆ ਹੁਣ ਆਪਾਂ ਮਾਲ ਪਾਰਕਿੰਗ ਮਾਲ ਦੀ ਪਾਰਕਿੰਗ 'ਚ ਗੱਡੀ ਲਾ ਕੇ ਫਿਰ ਤੁਹਾਨੂੰ ਵੀ ਘੁਮਾਵਾਂਗੇ ਅਸੀਂ ਵੀ ਘੁਮਾਵਾਂਗੇ ਮੰਮੀ ਨੂੰ ਕਾਫੀ ਟਾਈਮ ਬਾਅਦ ਲੈ ਕੇ ਆਇਆ ਤਾਂ ਮੰਮੀ ਨੂੰ ਵੀ ਘੁਮਾਵਾਂਗੇ ਠੀਕ ਆ ਠੀਕ ਚਲੋ ਪਹਿਲਾਂ ਮਾਲ ਐਂਟਰ ਹੋ ਜਾਈਏ ਨਹੀਂ ਤਾਂ ਭੀੜ ਵਧ ਜਾਣੀ ਔਰ ਲਾਈਨ ਲੱਗੀ ਜਾਣੀ ਔਰੇ ਹਾਂਜੀ ਪਹੁੰਚ ਗਏ ਹਾਂ ਕਿੰਨੇ ਟਾਈਮ ਬਾਅਦ ਆਏ ਤੁਸੀਂ 5-6 ਸਾਲ ਬਾਅਦ ਤੇ ਰੌਣਕ ਤਾਂ ਘੱਟ ਹੀ ਆ ਵੈਸੇ ਮਾਲ 'ਚ ਤੇ ਪ੍ਰੀਤ ਕਵਰ ਦੇਖ ਰਹੀ ਸੀ ਫੋਨ ਦੇ ਹਾਂਜੀ ਖਾਸ ਨਹੀਂ ਹੈਗੇ ਪਸੰਦ ਆਇਆ ਕੁਛ ਖਾਸ ਨਹੀਂ ਹੈਗੇ ਚਲੋ ਸ਼ਾਇਦ ਇੱਧਰ ਭੂਤ ਮੰਗਲਾ ਪਤਾ ਨਹੀਂ ਨੀਚੇ ਹੈ ਉਹ ਦੇਖਦੇ ਹਾਂ ਆਪਾਂ ਬਾਕੀ ਥੋੜ੍ਹੀ ਜਿਹੀ ਘੁੰਮੀ ਕਰ ਲਈ ਇਹਨੇ ਵੈਸੇ ਵੀ ਏਸੀ ਲੱਗਿਆ ਹੁੰਦਾ ਤਾਂ 24 ਘੰਟੇ ਹੈ ਨਾ ਹੋਰਰ ਹਾਊਸ ਲੱਭਦੇ ਆ ਹੀ ਗਏ ਹੈ ਆ ਰਿਹਾ ਭੂਤ ਬੰਗਲਾ ਅਤੇ ਦੇਖਦੇ ਹਾਂ ਟਿਕਟਾਂ ਲੈ ਕੇ ਕਿੰਨੇ ਦੀਆਂ ਨੇ ਕਿਵੇਂ ਮੈਂ ਪਹਿਲੀ ਇੰਨੀ ਡਰਪੋਕ ਆ ਕੋਈ ਨਹੀਂ ਕੁਛ ਨਹੀਂ ਹੁੰਦਾ ਆ ਦੇਖਿਓ ਦੇਖਿਓ ਬਿਵੇਰ ਆਲ
हाँ जी गाइस, अगले व्लॉग देखने से पहले मैं तुहानू वाओ स्किन साइंस के ओक्टन रेंज बारे दसना चाहना, जो कि अपनी स्किन क्लीयर रिफाइंड से स्मूथ बनाने में अपनी हेल्प करती है। तो यह अपनी स्किन टोन ईवन करने में भी अपनी हेल्प करती है। और ये मेन इंग्रीडियंट्स ने चिकपी फ्लोर, टर्मरिक, सैफरॉन, आलमंड एक्सट्रैक्ट, सैंडलवुड ऑयल एंड रोज वाटर, जो कि अपनी हेल्प करते हैं अपनी स्किन की डलनेस को घट करने में, अपनी स्किन से यह ग्लो भी लिया। सब तो पहले आप यूज करेंगे ओक्टन का फेस वॉश। ये थोड़ा टाइम मसाज करनी है, फिर इन पानी वॉश कर देना। फेस वॉश यूज करने के बाद आप यूज करेंगे ओक्टन का फेस एंड बॉडी पैक। यह डल स्किन रिवाइव करने में अपनी हेल्प करता है। तो ये मेन इंग्रीडियंट्स भी उही चिकपी फ्लोर, टर्मरिक, सैफरॉन है। ये एक स्पैचुला भी आता है, भी यूज कर सकते हो, पर मैं हाथ ना लाना प्रेफर करना। फिर जब यह चंगी तरह ड्राई हो जाएगा, फिर आप इन पानी वॉश कर देना। तो एंड आप यूज करेंगे ओक्टन की फेस सीरम, जो कि अपनी स्किन होर ग्लोइंग बना दूगी। तो यह बिल्कुल ऑयल फ्री है। तो जिम्मे मैं पहला दसा वाओ के सारे प्रोडक्ट्स नैचुरल इंग्रीडियंट्स नाल बने हैं। तो इन्हां दे प्रोडक्ट्स दे पिछे एक क्यू आर कोड दिता हुंदा, जिहनूं स्कैन करके तुसीं प्रोडक्ट की ऑथेंटिसिटी भी चैक कर सकते हो। जेकर तुसीं इन्हूं बाय करना चाहते हो तो इहदा लिंक डिस्क्रिप्शन च दिता होया, तुसीं इत्थों बाय कर सकते हो। तो वाओ ऐप नूं डाउनलोड करके तुसीं इन्हां दे होर प्रोडक्ट्स भी चैक कर सकते हो। तो जे तुसीं मेरा कूपन कोड यूज करोगे तो तुहानूं एक्सट्रा डिस्काउंट भी मिलेगा। तो जदों भी तुसीं वाओ की वैबसाइट तों कुछ मंगाओगे तो नाल तुहानूं एक सीड पाउच मिलेगा, जिहनूं प्लांट करके तुसीं एक प्राउड प्लांट पेरेंट बन सकते हो। तो 2022 दे एंड तक वाओ ने ग्रीन हैंड्स इनिशिएटिव शुरू किया, जिस च ओह 1 करोड़ ट्रीज प्लांट करेंगे। तुसी भी उहदा हिस्सा बनो। बी वाओ नैचुरल। उत्थे बनान नहीं दित्तियां अंदर उन्होंने, पर कैसा लग्या? प्रीत तां जाण नूं तैयार ही नहीं सी। मैं तां राजी मुड़न लगी सी, वापस चलो साहब ते थल्ले हो गया सी। आ तां स्टार्टिंग च मुड़न लगी सी। मैं तां मुड़न लगी। चलो कुछ नवा एक्सपीरियंस किया। सबका मुरे मम्मा लगे सेंटर च, मैं पीछे वावन। मैं तां वापस मुड़दे आ हुण। पहला मैनू की करता इन्हां ने? मैनू छोड़ा दिल हाल तक धड़क रहा मेरा था। लभन लभदा भी नहीं फिर यार। अच्छा जिथे सानू रस्ता नहीं लभदा सी ना, असि जाम खड़े होंदे सी, एंड ऐ पैर जमांदे सी, उन्होंने हिलना हुण। फिर जिहड़े डराने वाले भूत हुंदे ने उन्हां नूं आप पड़ना पैंदा सीगा भी अज इधर रस्ता, फिर असि डरते घट से होना तो है ना। प्रीत जे डराने वाले भूत सीगे ओही रस्ता दस दे आपां नूं, होर वी आ जाओ आ जाओ इधर है। भूत सानू आप रस्ता दस रहे सीगे, ए कम हो गए उत्थे। पिछे मुड़ के देखिया, हिम्मत नहीं होंगे। मैं पिछे मुड़ के देखा भाई गैप। मेनू तो निकलते भी किसी ने आवाज भी नहीं सुननी। चलो नीचे चलते हैं, नीचे आके थोड़ी वो खाने आइसक्रीम थोड़ी जी। इधरों चलते लिफ्ट चो कि नहीं, लिफ्ट चढ़ना पौड़ी जाना। प्रीत लिफ्ट चढ़ना पौड़ी जाना इतिहास। वैसे मैं एक गल दस दी है, जिमें यह जगह बनी होंगी है वैसे उरे जाना नहीं चाहिए। पता है क्यों? उरे तो नकली भूत ने, बट असली च भी रात उरे कुछ ना कुछ पक्का होंगे होगा। असली जगह से खंडर जगह से ना भूत वास कर लेंगे ने अपना, इन्हें तो फेल कराऊ ये जिस हिसाब की गल कर रही है। ये फेल कराऊ हॉरर हाउस नू। अंदर जाके आए हो गया भी, एक बार बाहर कर दे महा ही जवाक जदा नहीं बाहर निकल दे महा ही धक्के मार मार दरवाजे नू रास्ता बनाया। मम्मी ने दो तीन दरवाजे ना घेर ते शुक्र कर उना दे। चलो सी हां मम्मा ने रास्ता बनाया, कहंदे ओ बाहर निकलन दा रास्ता उधर है ना, उधर कहंदे छोटे छोटे बच्चे चले आंदे ने। मैं असि छोटे बच्चे तो भी गए गुजरे हैं डर दे मामले च, तुहानू नहीं पता। मैं तां खास करके चलो रौनक दिखा दिना मैं किन्नी क है। पीड़ा पीड़ हो रही भी घट अज है ना। चलो 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 प्रीत खेडने
चलो डिसाइड कर लिए ना नाश्ता वापस आ गई थी। प्रीत ने मेरा भी हौसला तोड़ता एक बार खान लगे मोमोज कैसा टेस्टी है अपने उधर नालों ਕਿਹੜੇ ਪੋਥੇ ਖਾਏ ਸੀਗੇ ਚਾਈਨਾ ਟਾਊਨ ਐਸ ਐਸ ਨਗਰ ਉਹਦੇ ਨਾਲ ਕਿਹੜੇ ਖਾਏ ਸੀਗੇ ਚਾਈਨਾ ਟਾਊਨ ਖਾਏ ਸੀ ਜਿਹੜੇ ਐਸ ਐਸ ਨਗਰ ਯਾਦ ਨਹੀਂ ਪਰ ਸਵਾਦ ਆਇਆ ਸਵਾਦ ਨਹੀਂ ਤੁਹਾਨੂੰ ਸਵਾਦ ਨਹੀਂ ਦੋ ਤਿੰਨ ਵਾਰ ਹੋਰ ਦੱਬਦੇ ਬਸ ਆਜੂਗਾ ਆਪੇ ਇੱਧਰ ਮੇਰਾ ਗਿਆ ਸੀ ਦੋ ਤਿੰਨ ਵਾਰ ਦੱਬਦੇ ਆ ਗਈ ਨਹੀਂ ਆਈ ਨੀਚੇ ਆ ਰਹੀ ਆ ਆ ਗਈ लो जी पार्किंग आ चुके हैं कुत्ता नु देख के मोमोज ठीक ठाक जे सिगे मतलब साइज छोटा सी मोमोज दा हां साइज छोटा सीगा और थोड़ी जी ओह भी ज्यादा सी आले दले वाला कम सार थोड़ा ज्यादा सी थोड़े अंदरला सामान वेजिटेबल वगैरह कट सीगे पर प्रीत नु स्वाद लगे स्वाद सी ओ भूख लगी मैं खाए सी आपा खाए सी उथे मंडी गुरुद्वारे सामने याद है मोमोज खाए सी आपा ਜਦਾ ਪਰਿਸ਼ਵਾ ਚੁਣਾ ਗਏ ਸੀਗੇ ਹਾਂ ਓਏ ਹੋਏ ਓਹੇ ਜੀ ਮੋਮੋਸ ਨਹੀਂ ਮਿਲੇ ਕਿਤੇ ਬਹੁਤ ਸਵਾਦ ਸੀ ਯਾਰ ਹਿਮਾਚਲ ਦੇ ਕੁਲਚੇ ਤੇ ਇਹ ਜੀ ਚੀਜ਼ਾਂ ਫਾਸਟ ਫੂਡ ਬਹੁਤ ਸਵਾਦ ਲੱਗਦਾ ਹਿਮਾਚਲ ਦੇ ਲਾਗੇ ਵੈਸੀ ਪਹਾੜਾਂ ਪਹਾੜਾਂ ਨੂੰ ਦੇਖ ਕੇ ਸਵਾਦ ਲੱਗਦਾ ਪਰ ਉਂ ਵੀ ਲੱਗਦਾ ਹੌਲ ਹੌਲ ਪੁਆ ਕੇ ਆ ਚੁੱਕੇ ਆਪਾਂ ਭੂਤ ਬੰਗਲੇ ਤੋਂ ਬਾਅਦ ਪਾਰਕਿੰਗ 'ਚ ਡੁਰ ਕੇ ਤੇ ਹੁਣ ਆਪਾਂ ਚੱਲ ਡਾਇਰੈਕਟ ਘਰ ਨੂੰ ਕਿਉਂਕਿ ਲੇਟ ਹੋ ਗਏ ਟਾਈਮ ਹੋ ਗਿਆ ਫੋਨ ਨਹੀਂ ਲਾਊਡ ਦੀ ਜੇ ਲਿਆਉਂਦੇ ਤਾਂ ਤੁਸੀਂ ਸਾਰੇ ਡਰ ਡਰ ਕੇ ਕੰਮ ਕੰਮ ਦੇਖਦੇ ਫੋਨ ਫੋਨ ਤੇ ਨਹੀਂ ਆਣਾ ਪਤਾ ਲੱਗਦਾ ਠੀਕ ਸੀ ਯਾਰ ਮਤਲਬ ਕਾਫੀ ਛੋਟਾ ਸੀ ਪਰ ਇਹ ਚੀਜ਼ ਮੈਨੂੰ ਥੋੜੀ ਥੋੜੀ ਜਿਹੀ ਉਹ ਲੱਗੇ ਅਜੀਬ ਵੀ ਪੈਦਲ ਤੁਰਨਾ ਪੈਂਦਾ ਬੰਦੇ ਨੂੰ ਆਪ ਕਿਉਂਕਿ ਮੈਂ ਪਹਿਲਾਂ ਆਇਆ ਸੀ ਉਰੇ ਭੂਤ ਬੰਗਲਾ ਨਹੀਂ ਕੁਛ 3D ਵਾਲਾ ਕੁਛ ਸੀਗਾ 7D ਵਾਲਾ 7D ਸੱਚ 7D ਬਾਈ 9D ਕੁਛ ਐਸਾ ਸੀਗਾ ਕੁਰਸੀ ਤੇ ਬੈਠ ਕੇ ਇੱਕ ਤੇ ਉਹ ਸਾਰਾ ਝੂਟੇ ਝਾਟੇ ਅੱਖਾਂ ਦੇ ਐਨਕ ਲਾ ਦਿੰਦੇ ਸੀਗੇ ਉਹ ਸਾਰਾ ਹੀ ਲੱਗਦਾ ਸੀ ਵੀ ਆਪਾਂ ਬੈਠੇ ਆ ਕਿਤੇ ਚੱਲ ਰਹੀ ਅੱਗੇ ਨੂੰ ਚੀਜ਼ ਯਾਰ ਕੁਰਸੀ ਤੇ ਬੈਠ ਕੇ ਕੁਰਸੀ ਕਹਿ ਰਹੀ ਆ ਟ੍ਰੇਨ 'ਚ ਬੈਠਣ ਵਾਲਾ ਮੰਮਾ ਸਿਸਟਮ ਠੀਕ ਆ ਜਿਹੜਾ ਤੁਰ ਕੇ ਜਾਣਾ ਵਾਲਾ ਸਿਸਟਮ ਹੈ ਨਾ ਬੰਦਾ ਅੱਧ 'ਚ ਹਾਰਟ ਅਟੈਕ ਆ ਕੇ ਬੰਦਾ ਡਿੱਗ ਸਕਦਾ ਜੇ ਕੋਈ ਕਮਜ਼ੋਰ ਹੁਣ ਗਰਮੀਆਂ ਆ ਗਈਆਂ ਨਾ ਆਪਾਂ ਆਪਣੇ ਘਰ ਦੇ ਲਵੇ ਆ ਫਨ ਵਰਲਡ ਉੱਥੇ ਫਨ ਵਰਲਡ ਚੱਲਾਂਗੇ ਆਪਾਂ ਠੀਕ ਆ ਹਫਤੇ ਕ ਤੱਕ ਮੰਮੀ ਤੁਸੀਂ ਜਾਣ ਜਾਣਾ ਚਾਹੋਗੇ ਤੁਸੀਂ ਨਾ ਆਇਓ ਮੈਂ ਤਾਂ ਨਾ ਆਇਓ ਤੁਹਾਨੂੰ ਮੈਂ ਤੇ ਪ੍ਰੀਤ ਚੱਲ ਜਾਾਂਗੇ ਤੇ ਫਿਰ ਤੁਹਾਨੂੰ ਉੱਥੇ ਦਾ ਵਲੌਗ ਮਿਲੂਗਾ ਠੀਕ ਆ ਚਲੋ ਹੁਣ ਮਿਲਦੇ ਆ ਆਪਾਂ ਘਰ ਜਾ ਕੇ ਘਰ ਜਾ ਕੇ ਸੌਰੀ ਘਰੇ ਰਹਿ ਕੇ ਜੇ ਕਿਤੇ ਮੈਂ ਨਾ ਤੁਹਾਡੇ ਨਾਲ ਹੁੰਦੀ ਤੁਸੀਂ ਨਹੀਂ ਭੂਤ ਬੰਗਲਾ ਪੂਰ ਚੜਾਉਂਦੇ ਇਹ ਗੱਲ ਸੱਚ ਹੈ ਜੇ ਮੰਮੀ ਸਾਡੇ ਨਾਲ ਨਾ ਹੁੰਦੇ ਨਾ ਮੈਨੂੰ ਤਾਂ ਇਹ ਲੱਗਦਾ ਮੈਂ ਤਾਂ ਰਾਹ 'ਚ ਹੀ ਕਿਸੇ ਭੂਤ ਨੂੰ ਜੱਫੀ ਪਾ ਕੇ ਐ ਬੈਠੀ ਹੁੰਦੀ ਬਸ ਹੁਣ ਮੈਨੂੰ ਲੈ ਜਾ ਉਰੋਂ ਕੋਈ ਆਣਾ ਵੀ ਮੈਂ ਜਾ ਨਹੀਂ ਸਕਦੀ ਇਹ ਪ੍ਰੀਤ ਐਂਟਰ ਹੋਣ ਸਰ ਕਹਿੰਦੀ ਨਹੀਂ ਨਹੀਂ ਪਾਪਾ ਚਲੋ ਹਾਂ ਪਹਿਲਾਂ ਤਾਂ ਮੈਂ ਐਂਟਰ ਹੁੰਦੇ ਸਾਰੀ ਮਤਲਬ ਉਹਨੇ ਡੋਰ ਖੋਲਿਆ ਕਹਿੰਦਾ ਆ ਜਾਓ ਜਦੋਂ ਮੈਂ ਸੁਣੀ ਆਵਾਜ਼ਾਂ ਮੈਂ ਮੈਨੂੰ ਬਾਹਰ ਕੱਢੋ ਮੈਂ ਨਹੀਂ ਜਾਣਾ ਅੰਦਰ ਭਾਈ ਕਹਿੰਦਾ ਭਾਈ ਕਹਿੰਦਾ ਹੁੰਦਾ ਕਹਿੰਦਾ ਪੈਸੇ ਵੀ ਨਹੀਂ ਰਿਟਰਨ ਹੋਣੇ ਉਪਰੋਂ ਭਾਈ ਡਰ ਗਿਆ ਵੀ ਕਿਤੇ ਪੈਸੇ ਮੰਗਣ ਲੱਗ ਜਾਣ ਵਾਪਸ ਇਹ ਭਾਈ ਕਹਿੰਦਾ ਹੁਣ ਤਾਂ ਹੀ ਜਾਣਾ ਹੀ ਪਊਗਾ ਹੁਣ ਤਾਂ ਪੈਸੇ ਵੀ ਨਹੀਂ ਰਿਫੰਡ ਹੋਣੇ ਹਾਂ ਰਸਤਾ ਹੀ ਰਹੇਗਾ ਇਧਰੋਂ ਬਾਹਰ ਪ੍ਰੀਤ ਫਿਰ ਵੀ ਕਹਿੰਦੀ ਕਹਿੰਦੀ ਨਹੀਂ ਕੋਈ ਨਹੀਂ ਪੈਸੇ ਰੱਖ ਲਓ ਤੈਨੂੰ ਬਾਹਰ ਕੱਢ ਦੋ ਮੈਂ ਪਿੱਛੋਂ ਕੀ ਕਹਿੰਦੇ ਨੇ ਮੈਂ ਜੋਤ ਨੂੰ ਫੜਿਆ ਹੋਇਆ ਘੁੱਟ ਕੇ ਮੂਰੋਂ ਮੈਂ ਮੰਮੀ ਦਾ ਹੱਥ ਫੜਿਆ ਹੋਇਆ ਸੈਂਟਰ 'ਚ ਮੈਂ ਆਪਣਾ ਬਚਾ ਕਰਨ ਵਾਸਤੇ ਵੀ ਮੇਰੇ ਆਸੇ ਪਾਸੇ ਆਈਏ ਨੇ ਬੰਦੇ ਮੈਨੂੰ ਤਾਂ ਕੋਈ ਟੱਕਰੇ ਅੱਗੋਂ ਪਿੱਛੋਂ ਬਚਾ ਕਰ ਰਹੀ ਸੀਗੀ ਇੱਕਦਮ ਆ ਕੋ ਨਹੀਂ ਆ ਕਿ ਨੀਚੋਂ ਆਇਆ ਹੱਥ ਫੜ ਲਿਆ ਬਸੋਰੀ ਲੱਤ ਫੜ ਲਈ ਪੂਤ ਨੇ ਆਏ ਹਾਏ ਮੈਨੂੰ ਬਿਲਕੁਲ ਨਹੀਂ ਮੈਂ ਉਸ ਤੋਂ ਬਾਅਦ ਕਦੇ ਨਹੀਂ ਜਾਣਾ ਹੈਗਾ ਐਵੇਂ ਦੀ ਜਗ੍ਹਾ ਤੇ ਸਾਡੀ ਗੱਲਾਂ ਤਾਂ ਮੁੱਕਣੀਆਂ ਨਹੀਂ ਇੰਨਾ ਡਰ ਲੱਗਿਆ ਆਪਾਂ ਘਰ ਚੱਲਦੇ ਆ ਪਹਿਲਾਂ ਠੀਕ ਹੈ ਘਰ ਜਾ ਕੇ ਮਿਲਦੇ ਆ ਹੁਣ ਡਰ ਲੱਗਿਆ ਪਤਾ ਇੰਨਾ ਸਾਰਾ ਚਲੋ ਮਿਲਦੇ ਆ ਤੁਸੀਂ ਮੰਮੀ ਪ੍ਰੀਤ ਜੀ ਘਰ ਜਾਂਦੇ ਜਾਂਦੇ ਕਿੱਥੇ ਰੁਕ ਗਏ ਆਪਾਂ ਲੈਮਨ ਪੀਣ ਵਾਸਤੇ ਲੈਮਨ ਪੀਣ ਵਾਸਤੇ ਅਸੀਂ ਕੱਲ ਐਕਚੁਅਲੀ ਮੰਦਿਰ ਗਏ ਸੀ ਨਾ ਹਨੂਮਾਨ ਜੀ ਦੇ ਕੱਲ ਮੰਗਲਵਾਰ ਸੀਗਾ ਤੇ ਆਂਦੇ ਆਂਦੇ ਸਾਨੂੰ ਪਿਆਸ ਲੱਗ ਗਈ ਅਸੀਂ ਉਰੇ ਰੁਕ ਗਏ ਔਰ ਅਸੀਂ ਫਿਰ ਸਾਡੇ ਕੋਲ ਵਾਲਟ ਘਰੇ ਭੁੱਲ ਗਏ ਕਿਉਂਕਿ ਸਾਡੇ ਕੋਲ ਪਰਸ ਨਹੀਂ ਸੀਗਾ ਪਰਸ ਮੈਂ ਬਹੁਤ ਘੱਟ ਚੱਕਦਾ ਹਾਂ ਤਾਂ ਮੈਂ ਇਹਨਾਂ ਤੋਂ ਪੁੱਛਿਆ ਪਹਿਲਾਂ ਆ ਕੇ ਅੱਗੇ ਰੈਡੀਆਂ ਹੈਗੀਆਂ ਉਹਨਾਂ ਕੋਲ ਪੇਟੀਐਮ ਨਹੀਂ ਚੱਲਦਾ ਪੇਟੀਐਮ ਬਹੁਤ ਘੱਟ ਚੱਲਦਾ ਪੰਜਾਬ 'ਚ ਵੈਸੇ ਚੱਲਦਾ 50% ਚੱਲਣ ਲੱਗ ਗਿਆ ਫਿਰ 50% ਨਹੀਂ ਚੱਲਦਾ ਫਿਰ ਵੀ ਪਰ ਆਹ ਰੈਡੀ ਤੋਂ ਪੁੱਛਿਆ ਮੈਂ ਆ ਕੇ ਮੈਨੂੰ ਲੱਗਿਆ ਵੀ ਕਿਉਂਕਿ ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਨਾ ਬੰਦੇ ਨੂੰ ਵੀ ਯਾਰ ਚਲਾਉਂਦਾ ਹੋਣਾ ਪੇਟੀਐਮ ਤਾਂ ਮੈਂ ਇਹਨਾਂ ਨੂੰ ਪੁੱਛਿਆ ਪੇਟੀਐਮ ਚੱਲਦਾ
ਕਹਿੰਦੇ ਹਾਂ ਮੈਂ ਖੁਸ਼ ਹੋ ਗਿਆ ਚਲੋ ਮੈਂ ਦੋ ਗਲਾਸ ਕਰ ਦੋ ਮੇਰੇ ਤੇ ਪ੍ਰੀਤ ਦੇ ਇੰਨੇ ਟੇਸਟੀ ਬਣਾਇਆ ਨਾ ਉਹਨਾਂ ਨੇ ਇੱਕ ਤਾਂ ਆਪਾਂ ਲੈਮਨ ਮਤਲਬ ਉਹਦਾਂ ਬਣਾਉਂਦੇ ਆ ਲੈਮਨ ਦੇ ਵਿੱਚ ਨਾ ਪੁਦੀਨਾ ਦਾ ਵੀ ਕੁਝ ਪਾਉਂਦੇ ਨੇ ਸਾਲਟ ਬੜਾ ਟੇਸਟੀ ਬਣਾਇਆ ਸੀਗਾ ਫਿਰ ਹੁਣ ਅਸੀਂ ਕਿਹਾ ਚਲ ਮੰਮਾ ਨੂੰ ਵੀ ਅੱਜ ਪਿਲਾ ਦਈਏ ਉਹਨੂੰ ਕੱਲ ਦੋ ਪੀਕੇ ਸੱਚ ਤੈਨੂੰ ਪੀਵਾ ਕਿਉਂ ਅਗੇ ਮੰਮੀ ਨਾਲ ਨੇ ਮੈਨੂੰ ਪਲਾਣ ਵਾਸਤੇ ਹੀ ਪੀ ਰਹੇ ਆਪਾਂ ਇਹ ਲਾਵੇ ਕੱਲ ਨੂੰ ਚਾਰ ਪੀਏ ਤੇ ਪਾਪਾ ਵੀ ਨਾਲ ਹੋਣ ਤੇ ਚਲ ਵੇਟ ਕਰਦੇ ਜਿਹੜੇ ਪਾਪਾ ਕਦੇ ਨਹੀਂ ਜਾਂਦੇ हथ ना छड़ा भी कि मम्मी मतलब हुण आ जाण भी लंघ ना जाण ये कहिंदे तैनूं इस गल का डर नहीं सी भी मम्मी ना खो जाए तैनूं इस गल का डर सी भी जे मम्मी खो गई साडा की बनूगा चो नहीं नहीं मम्मी कहते भी तेन डर से मैं खो जाऊंगी ना कहती हाँ मैं डर से मम्मी ना खो जान उ कहती है अंदर मैं बहार आके कहा मैं तेन ये डर नहीं मम्मी खो जाएंगे तेन ये डर से मम्मी बाहर भाग देंगे दरवाजे लब लब के आप खो जाएंगे मैं कहा मैं जोत तो आप दोनों होंगे ना जोत ने भी मैंने इन्नी कस के फड़े हुआ से इन्हों की मतलब इन्हों के फड़न के तरीके तो मैं ए लग रहा है बहुत डरे हुए हैं मैं इन्होंने कहा जोत जो मम्मी अपने ना होंगे ना मैं तो उत्थे चौंकड़ी मार के बहना सी बस अपने हाथ खड़े ने मैं तो बहुत छेती हार मननी सी ते एक ना जोत दे नाल ही पिछे पिछे मतलब वो असली बंदा सीगा उन्हें सिंगल सिंगल लगे हुए सी मतलब फेस उहदा बहुत डरावना सीगा असली बंदा इन्हां दे पिछे तुर आवे मैं जोत के नू नाल लेके आ रहे ने उत्तों भूत नाल लेके आ रहे उत्तों कहंदी महा किते जोत किसे भूत नू जगा ले ते आ रेड़ी उरे लगदी है उरे पुरानी टाटा मोटर होंगी सी ठीक है इधर अगे एक बालन ना एक बालन थोड़ा जहा पहला ही है रेडी लगती है जो किसी ने शिकंजवी लैमन पीना हो जरूर पी के जाए बहुत स्वाद बनाते हैं टेस्टी बनाते हैं ठीक है चलो थोड़ी शक्ल दिखा देंगे बाकी आप गैस कर लियो कि स्वाद होना ਜਿਹੜੇ ਪਟਿਆਲੇ ਰਹਿੰਦੇ ਨੇ ਸਿਰਫ ਉਹੀ ਪੀ ਸਕਦੇ ਨੇ ਕਿਉਂਕਿ ਫਿਰ ਜਿਹੜੇ ਬਾਹਰ ਰਹਿੰਦੇ ਨੇ ਉਹ ਕਹਿਣਗੇ ਅਸੀਂ ਆਪਦੇ ਸ਼ਹਿਰ ਚ ਪੀ ਲਾਂਗੇ ਅਸੀਂ ਤੁਹਾਡੇ ਸ਼ਹਿਰ ਚ ਕਿਉਂ ਪੀਣਾ ਹੀ ਹੈ ਜੇ ਗੇੜਾ ਲੱਗਿਆ ਜੇ ਤੁਸੀਂ ਰਾਜਪੁਰੇ ਜੇ ਤੁਸੀਂ ਸੰਗਰੂਰ ਤੋਂ ਰਾਜਪੁਰੇ ਗਏ ਜੇ ਸੰਗਰੂਰ ਤੋਂ ਚੰਡੀਗੜ੍ਹ ਗਏ ਜੇ ਤੁਸੀਂ ਸੰਗਰੂਰ ਤੋਂ ਸ਼ਿਮਲੇ ਗਏ ਰਸਤੇ ਜਾਊਗਾ ਇਹ ਕਿਉਂਕਿ ਇਹ ਰਾਜਪੁਰਾ ਰੋਡ ਹੈ ਯੂਨੀਵਰਸਿਟੀ ਵੀ ਤਾਂ ਔਰ ਨਾਲੇ ਵੈਸੇ ਵੀ ਕਹਿੰਦੇ ਨੇ ਜੇ ਕੋਈ ਚੀਜ਼ ਤਾਰੀਫ ਕਰਨ ਦੇ ਲਾਇਕ ਹੋਵੇ ਨਾ ਤਾਂ ਤਾਰੀਫ ਕਰ ਦੋ ਜ਼ਰੂਰ ਤਾਰੀਫ ਕਰਨੀ ਚਾਹੀਦੀ ਹੈ ਮੇਰਾ ਮੰਨਣਾ ਹੈ ਇਟਸ ਮਾਈ ਥਿੰਕਿੰਗ ਇਟਸ ਮਾਈ ਥਿੰਕਿੰਗ ਥਿਨ ਕਿੰਗ ਓਕੇ ਮੈਂ ਵੀ ਥਿਨ ਕਿੰਗ ਕਰਦਾ ਵੀ ਆਪਾਂ ਹੁਣ ਬਾਅਦ ਮਿਲਦੇ ਹਾਂ ਤੇ ਲੈਮਨ ਆ ਗਿਆ ਤੇ ਆ ਪੀ ਕੇ ਦੱਸੋ ਕਿਹਦਾ ਹਾਂ ਮੰਮਾ ਮੈਂ ਤਾਂ ਇਦਾਂ ਨਹੀਂ ਬੋਲਦੀ ਵੀ ਜਾ ਥੈਂਕ ਯੂ ਮੇਰਾ ਹਲੋ ਨਹੀਂ ਨਹੀਂ ਤੂੰ ਅੱਜ ਬਰਫ ਬਾਵਾ ਪਈ ਹੋਈ ਆ ਬਾਵਾ ਪਈ ਹੋਈ ਆ ਚਲੋ ਮਾਂ ਕਿਤੇ ਮੈਨੂੰ ਬਾਈਕਾਟ ਹੀ ਕਰਤਾ ਚਲੋ ਬਈ ਪੀ ਲਈਏ ਫਿਰ ਦੱਸਦੇ ਆਂ ਅੱਗੇ ਹਾਏ 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 ਸ਼ਕਲ ਦਿਖਾ ਦੇ ਮਾੜੀ ਸਕੂਨ ਹੀ ਸਕੂਨ ਚਲੋ।